ਹਾਂਜੀ ਸਤਿ ਸ਼੍ਰੀ ਅਕਾਲ ਫਰੈਂਡਸ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਆ ਬਹੁਤ ਹੀ ਜ਼ਿਆਦਾ ਸਵਾਦ ਚਟਨੀ ਲਾਲ ਮਿਰਚਾਂ ਤੇ ਲਸਣ ਦੀ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਸਵਾਦ ਬਣਦੀ ਆ। ਤੁਸੀਂ ਸਬਜ਼ੀ ਨੂੰ ਇੱਕ ਪਲ ਲਈ ਭੁੱਲ ਜਾਓਗੇ, ਇਸ ਦੇ ਨਾਲ ਹੀ ਰੋਟੀ ਖਾਣਾ ਪਸੰਦ ਕਰੋਗੇ। ਤੇ ਚਲੋ ਸ਼ੁਰੂ ਕਰਦੇ ਆ। ਆ ਮੈਂ ਲਈਆਂ ਨੇ ਸੁੱਕੀਆਂ ਲਾਲ ਮਿਰਚਾਂ ਤੇ ਇਹਨਾਂ ਨੂੰ ਮੈਂ ਅੱਧਾ ਘੰਟਾ ਪਹਿਲਾਂ ਪਾਣੀ ਦੇ ਵਿੱਚ ਭਿਉਂਤਾ ਸੀ ਤੇ ਆ ਲਈਆਂ ਨੇ ਆਪਾਂ ਲਸਣ ਦੀਆਂ ਕਲੀਆਂ, 40 ਕਲੀਆਂ ਹੋਣਗੀਆਂ ਤਕਰੀਬਨ ਇਹ। ਆ ਦੇਖੋ ਇਹਨਾਂ ਦੀ ਆਪਾਂ ਡੰਡੀਆਂ ਹਟਾਤੀਆਂ। ਜਿਵੇਂ ਤੁਹਾਡੀਆਂ ਮਿਰਚਾਂ ਜੇ ਜ਼ਿਆਦਾ ਤਿੱਖੀਆਂ ਨੇ, ਜਿੱਦਾਂ ਤੁਸੀਂ ਕਸ਼ਮੀਰੀ ਲਾਲ ਮਿਰਚ ਵਗੈਰਾ ਹੁੰਦੀ ਆ ਉਹ ਘੱਟ ਤਿੱਖੀ ਹੁੰਦੀ ਆ, ਉਹਨਾਂ ਨੂੰ ਤੁਸੀਂ ਉਸ ਤਰ੍ਹਾਂ ਹੀ ਯੂਜ਼ ਕਰ ਸਕਦੇ ਹੋ। ਨਹੀਂ ਤਾਂ ਜਿਸ ਤਰ੍ਹਾਂ ਮਿਰਚ ਜ਼ਿਆਦਾ ਸਪਾਈਸੀ ਹੁੰਦੀ ਆ, ਕੌੜੀ ਹੁੰਦੀ ਆ, ਤਾਂ ਤੁਸੀਂ ਇਸ ਤਰ੍ਹਾਂ ਮੇਰੇ ਵਾਂਗੂ ਉਹਨਾਂ ਦੇ ਵੀ ਕੱਢ ਕੇ ਉਹਨਾਂ ਨੂੰ ਯੂਜ਼ ਕਰ ਸਕਦੇ ਹੋ। ਅੱਧੀਆਂ ਦੇ ਬੀ ਕੱਢ ਦਿਓ ਤੇ ਅੱਧੀਆਂ ਨੂੰ ਉਸੇ ਤਰ੍ਹਾਂ ਰੱਖ ਲਓ ਤਾਂ ਉਹ ਬੈਲੈਂਸ ਹੋ ਜਾਣਗੀਆਂ ਤੇ ਚਟਣੀ ਆਪਣੀ ਜ਼ਿਆਦਾ ਕੌੜੀ ਨਹੀਂ ਬਣੇਗੀ। ਯਕੀਨ ਮੰਨੋ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈਗੀ। ਆਹ ਦੇਖੋ ਮੈਂ ਸਾਰੀਆਂ ਮਿਰਚਾਂ ਨੂੰ ਤਿਆਰ ਕਰ ਲਿਆ, ਬੀਜ ਕੱਢ ਤੇ ਅੱਧੀਆਂ ਦੇ, ਅੱਧੀਆਂ ਉਸੇ ਤਰ੍ਹਾਂ ਰੱਖ ਲਈਆਂ ਤੇ ਹੁਣ ਆਪਾਂ ਰੱਖਾਂਗੇ ਪੈਨ। ਪੈਨ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇ ਇਹ ਚਟਣੀ ਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਹਾਂਗੇ 15 ਦਿਨਾਂ ਲਈ। ਪਰ ਤੁਸੀਂ ਇੱਥੇ ਜਿਹੜੀ ਤੇਲ ਦੀ ਮਾਤਰਾ, ਜੇ ਤੁਸੀਂ ਸਟੋਰ ਕਰਕੇ ਰੱਖਣਾ ਤਾਂ ਤੇਲ ਦੀ ਮਾਤਰਾ ਜ਼ਿਆਦਾ ਪਾਉਣੀ ਆ ਤਾਂ ਜੋ ਆਪਣੀ ਚਟਣੀ ਲੰਮੇ ਸਮੇਂ ਤੱਕ ਚੱਲ ਸਕੇ। ਆ ਦੇਖੋ ਤੇਲ ਆਪਣਾ ਹੋ ਗਿਆ ਗਰਮ ਤੇ ਆਪਾਂ ਪਾ ਦਾਂਗੇ ਲਸਣ। ਤੁਹਾਨੂੰ ਰਿਕੁਐਸਟ ਆ, ਜੇ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲੇ। ਤੇ ਮੈਂ ਧਨੀਆ ਪਾਊਡਰ ਪਾਇਆ, ਜੇ ਤੁਹਾਡੇ ਕੋਲੇ ਸਾਬਤ ਆ ਤਾਂ ਤੁਸੀਂ ਸਾਬਤ ਵੀ ਪਾ ਸਕਦੇ ਹੋ ਕਿਉਂਕਿ ਐਂਡ ਦੇ ਵਿੱਚ ਆਪਾਂ ਇਹਨੂੰ ਪੀਸਣਾ ਹੀ ਹੈਗਾ। ਆ ਦੇਖੋ 3-4 ਮਿੰਟ ਆਪਾਂ ਪਹਿਲਾਂ ਲਸਣ ਨੂੰ ਭੁੰਨਾਂਗੇ ਤੇ ਆ ਮੈਂ ਪਾਤਾ ਅਦਰਕ ਦਾ ਪੇਸਟ। ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ, ਤੁਹਾਨੂੰ ਬਹੁਤ ਪਸੰਦ ਆਵੇਗੀ ਇਹ ਚਟਣੀ। ਆ ਦੇਖੋ ਲਸਣ ਆਪਣਾ ਭੁੱਜ ਚੁੱਕਿਆ ਤੇ ਹੁਣ ਆਪਾਂ ਜੋ ਲਾਲ ਮਿਰਚਾਂ ਸੀਗੀਆਂ ਉਹ ਇਹਦੇ ਵਿੱਚ ਪਾਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਲਾਲ ਮਿਰਚਾਂ ਨੂੰ ਵੀ ਪਾ ਕੇ 3-4 ਮਿੰਟ ਚੰਗੀ ਤਰ੍ਹਾਂ ਆਪਾਂ ਰੋਸਟ ਕਰਾਂਗੇ। ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਤੇ ਘਰ ਦੇ ਵਿੱਚ ਜ਼ਰੂਰ ਬਣਾ ਕੇ ਦੇਖਿਓ, ਤੁਹਾਨੂੰ ਬਹੁਤ ਹੀ ਪਸੰਦ ਆਵੇਗੀ। ਆ ਦੇਖੋ ਮਿਰਚਾਂ ਵੀ ਆਪਣੀਆਂ ਭੁੱਜ ਚੁੱਕੀਆਂ ਨੇਗੀਆਂ, ਬਸ 1-2 ਸਕਿੰਟ ਲਈ ਹੋਰ ਆਪਾਂ ਹਿਲਾਉਂਦੇ ਹੋਏ ਭੁੰਨਾਂਗੇ। ਨਾਲੇ ਬਹੁਤ ਹੀ ਜ਼ਿਆਦਾ ਜਲਦੀ ਬਣ ਜਾਂਦੀ ਹੈਗੀ, ਕੋਈ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਇਹਨੂੰ ਬਣਾਉਣ ਚ। ਜਿੱਦਾਂ ਕਈ ਵਾਰੀ ਸਬਜ਼ੀ ਵਗੈਰਾ ਘਰ ਚ ਨਹੀਂ ਹੁੰਦੀ ਤੇ ਬਣਾਉਣ ਨੂੰ ਕਈ ਵਾਰੀ ਦਿਲ ਨਹੀਂ ਕਰਦਾ ਤਾਂ ਆਪਾਂ ਇਹ ਚਟਣੀ ਪਈ ਹੁੰਦੀ ਆ ਇਸ ਦੇ ਨਾਲ ਰੋਟੀ ਖਾ ਸਕਦੇ ਆ, ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਆ। ਆ ਦੇਖੋ ਜੋ ਆਪਣਾ ਚਟਣੀ ਦਾ ਮਿਕਸ ਸੀ ਉਹ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਗ੍ਰਾਇੰਡ। ਆ ਦੇਖੋ ਮੈਂ ਇਸ ਤਰ੍ਹਾਂ ਇਹਨੂੰ ਦਰਦਰਾ, ਪੂਰਾ ਪੇਸਟ ਨਹੀਂ ਬਣਾਉਣਾ ਹੈਗਾ ਜਮੀ ਕਿਉਂਕਿ ਇਹ ਚਟਣੀ ਦਾ ਜਿਹੜਾ ਟੈਕਸਚਰ ਆ ਉਹ ਦਰਦਰਾ ਜਿਹਾ ਵਧੀਆ ਲੱਗਦਾ। ਤੇ ਚਟਣੀ ਨੂੰ ਹੁਣ ਆਪਾਂ ਦੁਬਾਰਾ ਤੇ ਤੜਕਾ ਲਗਾ ਕੇ ਕੜੀ ਪੱਤੇ ਦਾ ਤੇ ਆਪਣੀ ਆਹ ਦੇਖੋ ਫਾਈਨਲ ਲੁੱਕ ਆ ਗਈ ਆ ਚਟਣੀ ਨੂੰ, ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਆ। ਪਲੀਜ਼ ਜ਼ਰੂਰ ਬਣਾ ਕੇ ਦੇਖਿਓ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਬਾਏ ਬਾਏ ਗਾਈਜ਼।